ਪੁਲਿਸ ਕਮਿਸ਼ਨਰ ਪਵਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਜਲੰਧਰ ਕੈਂਟ ਦੇ ਸਾਬਕਾ ਪਹੁੰਚੀ ਬਿਆਨ ਪਾਤਸ਼ਾਹ ਦੇ ਪਰਿਵਾਰ ਵੱਲੋਂ ਆਪਣੀ ਨੂੰਹ ਦੇ ਦਬਾਅ ਪਾ ਕੇ ਉਸ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜੁਆਇੰਟ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੇ ਦੱਸਿਆ ਕਿ ਬੰਦਨਾ ਦੇਵੀ ਵਾਸੀ ਸਵਰਗੀ ਸ਼ਮੀ ਕੁਮਾਰ ਵਾਸੀ ਬਾਠੀਆਂ ਵਾਲਾ ਮੁਹੱਲਾ ਧੋਬੀ ਘਾਟ ਰੋਡ ਨੇ ਸ਼ਿਕਾਇਤ ਦਿੱਤੀ ਸੀ ਕਿ ਉਸਦੀ ਲੜਕੀ ਸੁਨੈਣਾ ਦਾ ਵਿਆਹ ਭਾਰਤ ਅਟਵਾਲ ਉਰਫ ਜੋਲੀ ਪੁੱਤਰ ਸ਼ੋਭਾ ਰਾਮ ਵਾਸੀ ਮੋੜ ਨੰਬਰ 66 ਮੁਹੱਲਾ ਨੰਬਰ 30 ਜਲੰਧਰ ਕੈਂਟ 8 ਮਹੀਨੇ ਪਹਿਲਾਂ ਸੀ। ਉਸਨੇ ਦੱਸਿਆ ਕਿ ਵਿਆਹ ਤੋਂ ਬਾਅਦ ਸੁਨੈਣਾ ਦੇ ਸਹੁਰੇ ਪਰਿਵਾਰ ਨੇ ਦਾਜ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸਨੂੰ ਤੰਗ ਪਰੇਸ਼ਾਨ ਕਰਨ ਲੱਗੇ। ਸ਼੍ਰੀ ਪਵਨ ਸ਼ਰਮਾ ਨੇ ਦੱਸਿਆ ਕਿ ਇਸੇ ਪਰੇਸ਼ਾਨੀ ਕਾਰਨ ਸੁਨੈਣਾ ਨੇ 10/7/2024 ਨੂੰ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜੁਆਇੰਟ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਦੇ ਨਤੀਜੇ ਵਜੋਂ ਭਾਰਤ ਅਟਵਾਲ ਉਰਫ ਜੋਲੀ ਪਤੀ, ਬੇਬੀ ਸੱਸ ਸ਼ੋਭਾ ਰਾਮ ਸਹੁਰਾ, ਸੋਨੀਆ ਮੋਨਿਕਾ ਮਨੀਸ਼ਾ ਅਤੇ ਜਪਜੀ ਸੁੱਖ ਸਹੁਰਾ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਉਹਨਾਂ ਦੱਸਿਆ ਕਿ FIR 114 ਮਿਤੀ 10/7/2024 ਨੂੰ 8035 BNS ਥਾਣਾ ਜਲੰਧਰ ਛਾਉਣੀ ਵਿਖੇ ਦਰਜ ਕੀਤੀ ਗਈ ਸੀ। ਸ਼੍ਰੀ ਪਵਨ ਸ਼ਰਮਾ ਨੇ ਦੱਸਿਆ ਕਿ ਥਾਣਾ ਕੈਂਟ ਦੀ ਪੁਲਿਸ ਨੇ ਮੁਲਜ਼ਮ ਸ਼ੋਭਾ ਰਾਮ ਪੁੱਤਰ ਬਚਨ ਲਾਲ, ਬੇਬੀ ਪਤਨੀ ਸ਼ੋਭਾ ਰਾਮ ਅਤੇ ਮੋਨਿਕਾ ਪੁੱਤਰੀ ਸਵਰਗੀ ਵਿਨੋਦ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਸਾਰੇ ਵਾਸੀ H66 ਮੁਹੱਲਾ ਨੰਬਰ 30 ਜਲੰਧਰ ਛਾਉਣੀ। ਜੁਆਇੰਟ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਸ਼ਾਮਲ ਬਾਕੀ ਮੁਲਜ਼ਮਾਂ ਤੋਂ ਵੀ ਪੁੱਛਗਿੱਛ ਜਾਰੀ ਹੈ। ਸ਼੍ਰੀ ਪਵਨ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਕਿਸੇ ਵੀ ਮੁਲਜ਼ਮ ਦਾ ਕੋਈ ਵੀ ਪੁਰਾਣਾ ਅਪਰਾਧਿਕ ਇਤਿਹਾਸ ਸਾਹਮਣੇ ਨਹੀਂ ਆਇਆ ਹੈ। ਸੀਗੀ ਜੀ ਜਸਟ ਆਫਟਰ ਮੈਰਿਜ, 4 ਮਹੀਨਿਆਂ ਦਾ ਵਿਆਹ ਸੀਗਾ ਉਹਦਾ, ਉਸ ਤੋਂ ਬਾਅਦ ਉਹਦੀ ਡੈਥ ਹੋ ਗਈ ਸੀ ਅਤੇ ਉਹ ਇਨਫੋਰਮੇਸ਼ਨ ਆਉਣ 'ਤੇ ਲੜਕੀ ਦੇ ਪੇਰੈਂਟਸ ਦੀ ਸਟੇਟਮੈਂਟ 'ਤੇ ਡੋਰੀ ਡੈਥ ਦਾ ਪਰਚਾ ਦਰਜ ਕੀਤਾ ਗਿਆ ਸੀ। ਉਸਦੇ ਵਿੱਚ ਉਹਦੇ ਇਨਲਾਜ਼ ਦੇ ਜਿਹੜੇ 3 ਇੰਪੋਰਟੈਂਟ ਮੈਂਬਰ ਸੀਗੇ ਉਹਦੇ 'ਚ ਅਕਿਊਜ਼ਡ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਹਦੇ ਵਿੱਚ ਫਾਦਰ ਇਨ ਲਾ, ਮਦਰ ਇਨ ਲਾ ਔਰ ਸਿਸਟਰ ਇਨ ਲਾ ਜਿਹੜੀ ਹੈਗੀ ਹੈ ਉਹਦੀ ਲੜਕੀ ਦੀ, ਉਹ ਸ਼ਾਮਿਲ ਹੈ ਔਰ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ। ਪ੍ਰਾਈਮਰੀਲੀ ਇੰਨੀ ਇਨਪੁੱਟ ਹੈਗੀ ਹੈ ਜੀ ਸਾਡੇ ਕੋਲ। ਇਲਜ਼ਾਮ ਲਗਾਉਣਾ ਤਾਂ ਬੜਾ ਆਸਾਨ ਕੰਮ ਹੈ ਜੀ, ਉਹ ਤਾਂ ਤੁਹਾਡੇ ਉੱਤੇ ਵੀ ਕਿਸੇ ਉੱਤੇ ਵੀ ਲਗਾਇਆ ਜਾ ਸਕਦਾ, ਉਹਦੇ 'ਤੇ ਕੋਈ ਉਹ ਨਹੀਂ ਹੈ। ਗੱਲ ਤਾਂ ਇਹ ਹੈ ਵੀ ਜਿਹੜੇ ਬੰਦੇ ਫੈਮਿਲੀ ਮੈਂਬਰ ਬਾਕੀ ਨੇ ਜਿਨ੍ਹਾਂ ਦਾ ਨਾਮ FIR 'ਚ ਨਹੀਂ ਹੈਗਾ, ਉਹਨਾਂ ਤੋਂ ਪੁੱਛਗਿੱਛ ਤਾਂ ਪੁਲਿਸ ਕਰ ਹੀ ਸਕਦੀ ਹੈ ਨਾ। ਜੇ ਕਿਸੇ ਨੂੰ ਕੋਈ ਬੁਲਾ ਕੇ ਪੁੱਛਗਿੱਛ ਕੀਤੀ ਤਾਂ ਸਾਨੂੰ ਟੋਰਚਰ ਕਰਤਾ, ਸਾਨੂੰ ਉਹ ਕਰਤਾ, ਅਤੇ ਕੋਈ ਪ੍ਰੂਫ ਕਰੇ ਜੀ ਟੋਰਚਰ ਕੀਤਾ ਤਾਂ ਯੂ ਕੈਨ ਗੋ ਟੂ ਪੁਲਿਸ ਹੋਸਪਿਟਲ ਐਂਡ ਗੈਟ ਐਮਐਲਏ ਡਨ। ਜੀ ਜਿਹੜੇ ਅਰੈਸਟ ਕੀਤੇ ਆ ਜੀ ਉਹ ਸ਼ੋਭਾ ਰਾਮ ਹੈ ਜੀ ਫਾਦਰ ਇਨ ਲਾ, ਬੇਬੀ ਹੈ ਮਦਰ ਇਨ ਲਾ ਅਤੇ ਮੋਨਿਕਾ ਹੈ ਸਿਸਟਰ ਇਨ ਲਾ ਲੜਕੀ। ਇਹ ਚੰਡੀਗੜ੍ਹੋਂ ਇਹਨਾਂ ਨੂੰ ਰਾਊਂਡ ਅਪ ਕੀਤਾ ਸੀ ਜੀ, ਪੁੱਛਗਿੱਛ ਕਰਕੇ ਫਿਰ ਅਰੈਸਟ ਪਾਈਏ ਅਤੇ ਫਿਰ ਇੱਥੇ ਟੋਟਲ 7 ਜਣਿਆਂ 'ਤੇ ਆਫ ਹੈ ਯਾਰ, 3 ਅਰੈਸਟ ਹੋ ਗਏ। ਇਹ ਜੋ ਪਰਿਵਾਰ ਆ ਉਹਨੂੰ ਰੰਗ ਦੇਣਾ ਚਾਹ ਰਿਹਾ ਵੀ ਇਹ ਆਤਮ ਹੱਤਿਆ, ਲੇਕਿਨ ਜਿਹੜੇ ਉਹਦੇ ਪੇਰੈਂਟਸ ਨੇ ਉਹ ਕਹਿੰਦੇ ਵੀ ਇਹ ਪਤਾ ਨਹੀਂ, ਹੁਣ ਇਹ ਤਫਤੀਸ਼ ਦੇ ਵਿੱਚ ਆਏਗਾ, ਜਦੋਂ ਪੋਸਟਮਾਰਟਮ ਹੋਏਗਾ ਡਿਟੇਲ ਸਾਰੀ ਸਾਹਮਣੇ ਆਏਗੀ, ਉਹ ਪਤਾ ਲੱਗ ਜਾਏ। ਨਹੀਂ ਅਜੇ ਨਹੀਂ ਆਈ, ਅਜੇ ਕੰਪਲੀਟ ਨਹੀਂ ਆਈ ਇਨੀਸ਼ੀਅਲ ਰਿਪੋਰਟ 'ਤੇ, ਪਰ ਜਿਹੜਾ ਕੌਜ਼ ਆਫ ਡੈਥ ਹਾਲੇ ਉਹ ਫਾਈਨਲ ਕਰੇਂਗੇ, ਉਸ ਤੋਂ ਬਗੈਰ ਕੁਛ ਕਿਹਾ ਨਹੀਂ ਜਾ ਸਕਦਾ। ਕੋਈ ਕਾਰ ਵਗੈਰਾ ਮੰਗ ਰਹੇ ਸੀ ਐਂਡ ਐਕਸਟਰਾ ਮੈਰਿਟਲ ਅਫੇਅਰ ਸੀਗਾ ਲੜਕੇ ਦਾ, ਦੋਨੋਂ ਕੌਜ਼ਸ ਇਕੱਠੇ ਹੋ ਕੇ ਇਹ ਹੋਇਆ ਸਾਰਾ ਕੁਝ।
ਕਾਲ ਜੋ ਕਹਿ ਰਹੇ ਕਿ ਕੋਈ ਮਤਲਬ ਇਸ ਤਰੀਕੇ ਦੇ ਨਾਲ ਉਹਨਾਂ ਨੇ ਮੰਗੀ ਹੋਵੇ ਕਾਲ ਰਾਹੀਂ ਕੋਈ ਇਦਾਂ ਦਾ ਪੁੱਛਾਂ ਪਿਆ ਹੁਣ ਤਫਤੀਸ਼ ਚੱਲ ਰਹੀ ਹੈ ਜੀ ਜਦੋਂ ਅਗਲੇ ਕਲੇਮ ਕਰ ਰਹੇ ਵੀ ਸਾਡੇ ਕੋਲ ਆਇਆ ਮੰਗ ਰਹੇ ਸੀ ਆਇਆ ਮੰਗ ਰਹੇ ਸੀ ਇਸ ਤਰ੍ਹਾਂ ਇਸ ਤਰ੍ਹਾਂ ਲੜਾਈ ਹੋਈ ਇਸ ਤਰ੍ਹਾਂ ਹੋਇਆ ਜਿਸ ਲੜਕੀ ਨਾਲ ਉਹਦਾ ਅਫੇਅਰ ਸੀ ਉਹ ਘਰ ਆਉਣਾ ਸ਼ੁਰੂ ਹੋ ਗਈ ਇੱਕ ਨੰਬਰ ਆਫ ਫੈਕਟਰਸ ਦੇ ਆਰ ਕਮਿੰਗ ਅਪ ਇਨ ਦਾ ਇਨਵੈਸਟੀਗੇਸ਼ਨ ਸਾਰੀ ਚੀਜ਼ਾਂ ਵੈਰੀਫਾਈ ਹੋਣਗੀਆਂ ਹਾਂਜੀ ਕੀ ਸੀਗਾ ਜੀ ਐਕਸ ਕਾਉਂਸਲਰ ਐਕਸ ਕਾਉਂਸਲਰ ਹੋਰ ਕੋਈ ਓਕੇ ਜੀ ਥੈਂਕ ਯੂ।